ਸਸੀ ਕਾਲ ਜੀ ਬਹੁਤ ਧੰਨਵਾਦ ਵੀਰੇ ਤੁਹਾਡਾ ਤੁਹਾਡਾ ਕੀ ਨਜ਼ਰੀਆ ਹੈ ਸਾਰੇ ਅੰਦੋਲਨ ਨੂੰ ਲੈ ਕੇ ਇਹ ਅੰਦੋਲਨ ਨਵਾ ਬਾਈ ਜਿਉਣ ਵਾਸਤੇ ਆ ਹਨਾ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਇਹਨੂੰ ਇਹਨੂੰ ਲਿਖਿਆ ਨਹੀਂ ਜਾ ਸਕਦਾ ਜਿਵੇਂ ਆਪਦੇ ਕੰਮ ਤੋਂ ਗੱਲ ਕਰਾਂ ਇਹਨੂੰ ਲਿਖਿਆ ਨਹੀਂ ਜਾ ਸਕਦਾ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਇਹਨੂੰ ਅੰਦਰ ਭਰਿਆ ਜਾ ਸਕਦਾ ਇਹਨੂੰ ਜਿਵੇਂ ਇੱਕ ਦਿਲ ਟੁੱਟ ਚੁੱਕੇ ਮਨੁੱਖ ਦਾ ਜਾਂ ਜਿਹੜਾ ਆਪਾਂ ਕਹਿ ਲਈਏ ਵੀ ਜ਼ਿੰਦਗੀ ਤੋਂ ਆਸ ਮੁੱਕੇ ਮਨੁੱਖ ਲਈ ਜਿਉਣ ਦੀ ਕਿਰਨ ਆ ਇਹ 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 ਜ਼ਿੰਦਗੀ ਦੇਣ ਵਾਲਾ ਅੰਦੋਲਨ ਆ ਇਹ ਪੰਜਾਬ ਨੂੰ ਵੀ ਜ਼ਿੰਦਗੀ ਦੇ ਰਿਹਾ ਇਹ ਸਮਾਜ ਨੂੰ ਵੀ ਜ਼ਿੰਦਗੀ ਦੇਊਗਾ ਤੇ ਮੈਨੂੰ ਲੱਗਦਾ ਬਹੁਤ ਆਸ਼ਾਵਾਦੀ ਤੇ ਚੜ੍ਹਦੀ ਕਲਾ ਵਾਲਾ ਅੰਦੋਲਨ ਆ ਤੁਹਾਡਾ ਵੀ ਸਵਾਗਤ ਹੈ ਬਾਈ ਪਹਿਲਾਂ ਤਾਂ ਮੁਬਾਰਕਾਂ ਗਾਣੇ ਲਈ ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਨੂੰ ਵੀ ਸੋ ਮੈਂ ਕਹਿੰਦਾ ਸ਼ੁਰੂਆਤ ਹੀ ਉਸ ਤੋਂ ਜੀ ਹਾਂਜੀ ਸੋ ਅੱਜ ਹੀ ਸਾਡਾ ਗਾਣਾ ਰਿਲੀਜ਼ ਹੋਇਆ ਬਾਈ ਗਿੱਲ ਸਾਹਿਬ ਦਾ ਲਿਖਿਆ ਹੋਇਆ ਜੋ ਘਰੋਂ ਬਨ ਕੇ ਕਫਨ ਤੁਰਦੇ ਉਹ ਨੋਟਾਂ ਪਿੱਛੇ ਨਹੀਂ ਵਿਕਦੇ ਉਹ ਜੋ ਲਹੂ ਦਾ ਬਣਾਉਂਦੇ ਮੁੜਕਾਂ ਉਹਨਾਂ ਮੂਰੇ ਜ਼ਾਲਮ ਨਹੀਂ ਟਿਕਦੇ ਜੋ ਘਰੋਂ ਬਨ ਕੇ ਕਫਨ ਤੁਰਦੇ ਉਹ ਨੋਟਾਂ ਪਿੱਛੇ ਨਹੀਂ ਵਿਕਦੇ ਉਹ ਜੋ ਲਹੂ ਦਾ ਬਣਾਉਂਦੇ ਮੁੜਕਾਂ ਉਹਨਾਂ ਮੂਰੇ ਜ਼ਾਲਮ ਨਹੀਂ ਟਿਕਦੇ ਆ ਸਾਡੇ ਤੀਰਾਂ ਤੋਂ ਨਹੀਂ ਜਾਣਾ ਬਚਿਆ ਹੋਰ ਤੇਰੀ ਨੋਕ ਤੇ ਕਮਾਨ ਲਿਖੂਗਾ ਮਹਿਲਾ ਚ ਨਿਰਾਜ਼ੀ ਨਾਵੇਂ ਹੋਣੇ ਦਿੱਲੀਏ ਜਿੱਤ ਸਾਡੀ ਜੰਗ ਦਾ ਮદાન ਲਿਖੂਗਾ ਮਹਿਲਾ ਚ ਨਿਰਾਜ਼ੀ ਨਾਵੇਂ ਹੋਣੇ ਦਿੱਲੀਏ ਜਿੱਤ ਸਾਡੀ ਜੰਗ ਦਾ ਮદાન ਲਿਖੂਗਾ ਉਹ ਕਹਿੰਦੇ ਕਪਾਸਾਉਣਾ ਕਰਕੇ ਇਹ ਗੱਲਾਂ ਕਰੋ ਤਾਰ ਤੁਰਪੇ ਉਹ ਗੱਲ ਰੋਂਤਿਆਂ ਬਚਾਉਣਾ ਹੋਂਦ ਨੂੰ ਝੰਡੇ ਚੱਕ ਸਰਦਾਰ ਤੁਰ ਪੇ ਹੋ ਕਹਿੰਦੇ ਇੱਕ ਪਾਸਾਉਣਾ ਕਰਕੇ ਇਹ ਗੱਲਾਂ ਕਰੋ ਤਾਰ ਤੁਰ ਪੇ ਹੋ ਗੇ ਲੜਾਂ ਤੇ ਆ ਬਚਾਉਣਾ ਹੋਂਦ ਨੂੰ ਝੰਡੇ ਚੱਕ ਸਰਦਾਰ ਤੁਰ ਪੇ ਇਤਿਹਾਸ ਵਿੱਚ ਤੈਨੂੰ ਰਾਣੀ ਪਾਪਦੀ ਹਿੱਕਾ ਸਾਡੀਆਂ ਝੂਠਿਆ ਤੂਫਾਨ ਲਿਖੂਗਾ ਮਹਿਲਾ ਚ ਨਿਰਾਜ਼ੀ ਨਾਵੇਂ ਹੋਣੇ ਦਿੱਲੀਏ ਜਿੱਤ ਸਾਡੀ ਜੰਗ ਦਾ ਹਮਦਾਨ ਲਿਖੂਗਾ ਮਹਿਲਾ ਚ ਨਿਰਾਜ਼ੀ ਨਾਵੇਂ ਹੋਣੇ ਦਿੱਲੀਏ ਜਿੱਤ ਸਾਡੀ ਜੰਗ ਦਾ ਹਮਦਾਨ ਲਿਖੂਗਾ ਜਦੋਂ ਕੋਈ ਗੀਤ ਲਿਖਣ ਲੱਗਦੇ ਹਾਂ ਦਿਮਾਗ ਦੇ ਵਿੱਚ ਕਿਹੜੀ ਚੀਜ਼ ਸਭ ਤੋਂ ਪਹਿਲਾਂ ਲੈ ਕੇ ਆਨੇ ਹੋ ਕਿ ਇਸ ਟੌਪਿਕ ਤੋਂ ਐਦਾਂ ਲਿਖਣਾ ਹੈ ਕਿ ਉਹ ਸਾਰਾ ਢਾਂਚਾ ਕਿਵੇਂ ਬੁੰਦੇ ਹੋ ਇਸ ਗਾਣੇ ਦਾ ਵੀ ਢਾਂਚਾ ਕਿਵੇਂ ਬੁਣਿਆ ਜਿਹੜਾ ਬਈ ਟਾਂਚਾ ਗਾਣੇ ਦਾ ਅੱਜ ਕੱਲ ਤਾਂ ਅੰਦੋਲਨ ਤੇ ਥੋੜਾ ਬੜਾ ਲਿਖਣ ਦੀ ਕੋਸ਼ਿਸ਼ ਕਰੀਦੀ ਆ ਤਾਂ ਆ ਟਾਂਚਾ ਇੱਥੇ ਆਪੇ ਹੀ ਤੁਰਿਆ ਫਿਰਦਾ ਤਿਆਰ ਹੋ ਜਾਂਦਾ ਜਿਵੇਂ ਸਾਲਨ ਵੀਰ ਦੱਸ ਕੇ ਗਿਆ ਨਾ ਇੱਥੇ ਹਰ ਬੰਦਾ ਗੀਤ ਆ ਇੱਥੇ ਹਰ ਬੰਦਾ ਕਹਾਣੀ ਆ ਜੇ ਤੁਸੀਂ ਕਿਸੇ ਨਾਲ ਦੁੱਖ ਸੋਕਰਨ ਦੀ ਕੋਸ਼ਿਸ਼ ਕਰੋਗੇ ਨਾ ਟਰਾਲੀਆਂ 'ਚ ਤਾਂ ਬਹੁਤ ਗੀਤ ਨੇ ਤਾਂ ਹੀ ਮੈਂ ਲਿਖਣ ਵਾਲਿਆਂ ਨੂੰ ਵੀ ਹੋਰ ਗੀਤਕਾਰਾਂ ਨੂੰ ਵੀ ਹੋਰ ਲਿਖਾਰੀਆਂ ਨੂੰ ਵੀ ਬੇਨਤੀ ਕਰਦਾ ਆਓ ਇੱਥੇ ਬਹੁਤ ਨਾਵਲ ਨੇ ਇੱਥੇ ਬਹੁਤ ਕਹਾਣੀਆਂ ਨੇ ਇੱਥੇ ਬਹੁਤ ਗਾਣੇ ਨੇ ਤੁਸੀਂ ਕਿਸੇ ਬੰਦੇ ਨੂੰ ਟਰਾਲੀ 'ਚ ਬੈਠ ਕੇ ਉਹਨਾਂ ਨਾਲ 10 ਮਿੰਟ ਗੱ ਜਦੋਂ ਮੀਂਹ ਤੋਂ ਬਾਅਦ ਜਿਹੜੇ ਹਾਲਾਤ ਸੀ ਉਹ ਕੇਰਾ ਇੱਕੇਦਮ ਚਰਗਲ ਜੁਰਗਲ ਜੀ ਹੋਈ ਸਫਾਈਆਂ ਦਾ ਚੱਲੇ ਆ ਤਾਂ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਬਿਅਰਗਾਂ ਨਾਲ ਹੋਰ ਗੱਲਾਂ ਬਾਤਾਂ ਕਰਨ ਦੀ ਤਾਂ ਉਹਨਾਂ 'ਚ ਰੋਸ ਸੀ ਉਹਨਾਂ 'ਚ ਤੰਗੀ ਘੱਟ ਸੀ ਤਕਲੀਫ ਦੀ ਰੋ ਜ਼ਿਆਦੇ ਸੀ ਵੀ ਇਹ ਤਾਂ ਜਿੱਤ ਕੇ ਆਪਣਾ ਤਾਂ ਇੱਕ ਉਹਨਾਂ ਦੇ ਨਾਲ ਚ ਮੀਟਿੰਗਾਂ ਜਿਹੜੀਆਂ ਜਾਦੇ ਬੇਸਿੱਟਾ ਹੋ ਰਹੀਆਂ ਸੀ ਕਹਿ ਰਹੇ ਸੀ ਸਰਕਾਰ ਬੇਰੁਖੀ ਕਰ ਰਹੀ ਆ ਇਹ ਕਰ ਰਹੀ ਇਹ ਉਹਨਾਂ ਦੇ ਨਾਲ ਗਾਣਾ ਬਣਿਆ ਜਿੱਤ ਸਾਡੀ ਜੰਗ ਦਾ ਮਦਾਨ ਲਿਖੂਗਾ ਮੈਨੂੰ ਇਹ ਗੱਲ ਦੱਸੋ ਤੁਸੀਂ ਲਿਖਦੇ ਹੋ ਸਮਝ ਰੱਖਦੇ ਹੋ ਜੇ ਮੈਂ ਗੱਲ ਕਰਾਂ ਇਹਨਾਂ ਬਿਲਾ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਸੀਗੇ ਤੇ ਹੁਣ ਵੀ ਜੇ ਇਹ ਬਿੱਲ ਰੱਦ ਹੋ ਜਾਣਗੇ ਜਾਂ ਕਹਿ ਲਓ ਮੰਨ ਲਓ ਬਿੱਲ ਰੱਦ ਹੋ ਗਏ ਤਾਂ ਪਹਿਲਾ ਵਰਗਾ ਜਿਵੇਂ ਪਹਿਲਾਂ ਕਿਸਾਨ ਸੀਗਾ ਉਵੇਂ ਦਾ ਹੋ ਜਾਊਗਾ ਤੇ ਖੁਦਕੁਸ਼ੀਆਂ ਤਾਂ ਪਹਿਲਾਂ ਵੀ ਹੋ ਰਹੀਆਂ ਸੀ ਕਿਸਾਨੀ ਦਾ ਹੱਲ ਕੀ ਦੇਖਦੇ ਹੋ ਅਸਲ 'ਚ ਨਾ ਗੱਲ ਥੋੜੀ ਜਾਇਜ਼ ਆ ਵੀ ਪਹਿਲਾਂ ਵੀ ਖੁਦਕੁਸ਼ੀਆਂ ਤਾਂ ਹੋ ਰਹੀਆਂ ਸੀ ਪਰ ਇਹ ਅੰਦੋਲਨ ਨਾਲ ਪਹਿਲਾਂ ਵਾਂਗੂ ਖੁਦਕੁਸ਼ੀਆਂ ਨਹੀਂ ਹੋਣਗੀਆਂ ਦਾ ਫਰਕ ਤਾਂ ਪਊਗਾ ਜਦੋਂ ਕੌਮਾ ਜਿੱਤ ਕੇ ਜਾਂਦੀਆਂ ਨੇ ਤਾਂ ਉਹਨਾਂ ਦਾ ਜਿਉਣ ਦਾ ਤੌਰ ਤਰੀਕਾ ਬਦਲਦਾ ਹੈ ਇਹ ਅੰਦੋਲਨ ਦੇ ਨਾਲ ਸਾਨੂੰ ਸ਼ਕਤੀ ਮਿਲੂਗੀ ਪਾਵਰ ਮਿਲੂ ਭਾਵੇਂ ਸਾਡੀਆਂ ਤੰਗੀਆਂ ਉਹ ਹੀ ਰਹਿਣਗੀਆਂ ਭਾਵੇਂ ਅਸੀਂ ਜਿਹੜਾ ਇਹ ਬਿੱਲਾਂ ਤੇ ਅੰਦੋਲਨ ਆਉਣ ਵਾਲੇ ਫਿਊਚਰ ਦੇ ਖਤਰੇ ਲਈ ਲੜ ਰਹੇ ਹਾਂ ਪਿਛਲਾ ਖਤਰਾ ਸਾਡਾ ਵਰਕਰ ਆ ਰ ਪਰ ਸਾਡੀ ਸੋਚ ਚ ਸਾਡਾ ਜਿਹੜਾ ਮਾਨਸਿਕ ਪੱਧਰ ਆ ਸਮਾਜਿਕ ਪੱਧਰ ਆ ਆਰਥਿਕ ਪੱਧਰ ਆ ਉਹ ਅੰਦੋਲਨ ਨੇ ਬਹੁਤ ਸਿਆਣਾ ਕਰਨਾ ਇਹਨੇ ਪੰਜਾਬ ਚ ਬਹੁਤ ਸਿਆਣ ਫਲੇਕ ਜਣੀਆਂ ਕੁਛ ਖੁਦਕੁਸ਼ੀਆਂ ਸਾਡੇ ਕਰਜ਼ਿਆਂ ਕਰਕੇ ਹੋਈਆਂ ਕੁਝ ਕੁਸ਼ੀਆ ਸਾਡੇ ਸਮਾਜਿਕ ਤਾਣੇ ਬਾਣੇ ਕਰਕੇ ਹੋਈਆਂ ਕੁਦ ਕੁਸ਼ੀਆ ਸਾਡੇ ਵਧਾਏ ਗਏ ਖਰਚੀਆਂ ਕਰਕੇ ਹੋਈਆਂ ਇਹ ਅੰਦੋਲਨ ਨੇ ਬਹੁਤ ਕੁਛ ਕੰਟਰੋਲ ਕਰ ਦੇਣਾ ਬਹੁਤ ਕੁਝ ਜਿਹੜੇ ਕਰਜ਼ਿਆਂ ਵਾਲੀ ਗੱਲ ਵੀ ਆ ਜਿਹੜੀਆਂ ਖੇਤੀ ਦੀਆਂ ਤੰਗੀਆਂ ਨੇ ਉਹ ਵੀ ਅੰਦੋਲਨ ਚੋਂ ਕਿਸਾਨ ਬਹੁਤ ਸਿੱਖ ਕੇ ਜਾਣਗੇ ਅੱਗੇ ਦੀ ਅੱਗੇ ਖੇਤੀ ਬਾਰੇ ਹੋਰ ਸਿਆਣਫਨਾ ਸੋਚਣਗੇ ਮੈਨੂੰ ਲੱਗਦਾ ਬਹੁਤ ਇਸ ਅੰਦੋਲਨ ਉੱਤੇ ਪ੍ਰਾਪਤੀ ਹੋਊਗੀ ਉਹਨਾਂ ਚੀਜ਼ਾਂ ਦੇ ਵੀ ਕੰਟਰੋਲ ਹੋਊਗਾ ਮੈਂ ਕੱਲ ਇੱਕ ਬਈਆਂ ਨਾਲ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਅੱਜ ਤੋਂ ਪਹਿਲਾਂ ਅਸੀਂ ਕਦੇ ਘਰੇ ਰੋਟੀ ਨਹੀਂ ਬਣਾਈ ਸੀ ਰੋਟੀਆਂ ਬੇਲ ਦੇ ਆਟੇ ਗੁੰਨਰੇ ਸੀਗੇ ਰੋਟੀਆਂ ਲਾ ਰਹੇ ਸੀ ਮਤਲਬ ਸਿੱਖ ਕੇ ਤਾਂ ਜਾ ਰਹੇ ਨੇ ਜੀ ਜੀ ਹਾਂ ਭਾਈ ਨਾ ਕੋਈ ਵੀ ਇੱਥੇ ਤੁਸੀਂ ਮਿਲਦੇ ਹੋ ਲੰਗਰਾਂ ਵਾਲੇ ਸਿੰਘਾਂ ਨੂੰ ਮੁੰਡਿਆਂ ਨੂੰ ਤਾਂ ਨਵੀਆਂ ਚੀਜ਼ਾਂ ਗੇਨ ਕਰਕੇ ਜਾ ਰਹੇ ਨੇ ਬੜਾ ਭਾਈਚਾਰਾ ਬੜੀ ਸਹਿਨਸ਼ੀਲਤਾ ਬੜੀ ਗੇਨ ਕਰਕੇ ਜਾ ਰਹੇ ਨੇ ਸਾਡੇ ਲੋਕ ਸਾਡੇ ਲੋਕ ਹੁਣ 2 ਮਹੀਨਿਆਂ ਤੋਂ ਬੈਠੇ ਨੇ 26 ਨੂੰ ਅੱਗੇ ਜਾਣ ਦੀ ਤਿਆਰੀ ਆ ਤੇ ਨਾਲ ਲੋਕਾਂ ਨੂੰ ਇਹ ਪਤਾ ਹੈ ਵੀ ਉਹਦੋਂ ਅੱਗੇ ਵੀ ਵਹਿਣਾ ਪੈ ਸਕਦਾ ਜਿਹੜੀ ਸਹਿਨਸ਼ੀਲਤਾ ਬਹੁਤ ਵਧ ਗਈ ਆ ਅੱਗੇ ਸਾਡੇ ਜਿਹੜੀ ਆ ਨਾ ਉਹ ਬਹੁਤ ਉਤਾਵਲਾਪਨ ਬਹੁਤ ਹੋ ਗਿਆ ਸੀ ਭਾਈ ਇਸ ਅੰਦੋਲਨ ਤੋਂ ਪਹਿਲਾਂ ਹੁਣ ਇਹ ਅੰਦੋਲਨ ਦੇ ਨਾਲ ਸਹਿਨਸ਼ੀਲਤਾ ਬਹੁਤ ਲੈ ਕੇ ਜਾਵਾਂਗੇ ਸੋ ਮੈਂ ਇਹ ਗੱਲ ਦੇ ਨਾਲ ਸਹਿਮਤੀ ਰੱਖਦੇ ਹਾਂ ਕਿ ਜੋਸ਼ ਦੇ ਨਾਲ ਨਾਲ ਹੋਸ਼ ਵੀ ਜ਼ਰੂਰੀ ਹੈ ਹੁਣ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਉਹਦੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਸਾਨਾਂ ਤੇ ਕਿ ਜਦੋਂ 26 ਜਨਵਰੀ ਇਤਿਹਾਸਕ ਦਿਨ ਹੁੰਦਾ ਹੈ ਤੇ ਉਸ ਦਿਨ ਕੋਈ ਅਣਹੋਣੀ ਘਟਨਾ ਨਾ ਵਾਪਰੇ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਹਾਂ ਕਿ ਹੋਸ਼ ਦੇ ਨਾਲ ਨਾਲ ਜੋਸ਼ ਦੇ ਨਾਲ ਨਾਲ ਹੋਸ਼ ਵੀ ਜ਼ਰੂਰੀ ਹੈ ਤੇ ਜੇ ਮੈਂ ਗੱਲ ਕਰਾਂ ਤੁਹਾਨੂੰ ਯੂਥ ਫੋਲੋ ਕਰਦਾ ਹੈ ਤਾਂ ਕਿਸ ਤਰ੍ਹਾਂ ਯੂਥ ਨੂੰ ਮੈਸੇਜ ਦੇਵੋਗੇ ਕੋਈ ਗੀਤ ਦੇ ਰਾਹੀਂ ਕਿ 26 ਤਰੀਕ ਨੂੰ ਜਿਹੜਾ ਆਪਣਾ ਟਰੈਕਟਰ ਮਾਰਚ ਆ ਉਹ ਪੀਸਫੁਲੀ ਕੱਢਿਆ ਜਾਵੇ ਜਾਂ ਕੁਝ ਲਿਖ ਕੇ ਕੁਝ ਕਹਿ ਕੇ ਕੋਈ ਮੈਸੇਜ ਦਿਓ ਮੈਂ ਇਹ ਗੱਲ ਨਾਲ ਸਹਿਮਤਾਂ ਵੀਰੇ ਤੁਹਾਡੀ ਨਾ ਜੋਸ਼ ਦੇ ਨਾਲ ਜਿਹੜਾ ਹੋਸ਼ ਬਹੁਤ ਜ਼ਰੂਰੀ ਆ ਪਰ ਮੈਨੂੰ ਲੱਗਦਾ ਬਹੁਤ ਸਿਆਣੇ ਨੇ ਆਪਣੇ ਨੌਜਵਾਨ ਜਿਹੜੇ ਪਹਿਲਾਂ ਇਹਨੇ ਨਮਿਆਂ ਨੂੰ ਯੂਰਪ ਅਪੀਲ ਆ ਜਿਹੜੇ ਨਵੇਂ ਆ ਰਹੇ ਨੇ ਜਿਹੜੇ ਪਹਿਲਾਂ ਇੱਥੇ ਆਉਂਦੇ ਜਾਂਦੇ ਨੇ ਉਹ ਅਨਕੂਲ ਨੇ ਅਨਸ਼ਾਸਿਤ ਨੇ ਇਥੋਂ ਦੇ ਵਾਤਾਵਰਣ ਦੇ ਨਾਲ ਉਹਨਾਂ ਨੂੰ ਪਤਾ ਇੱਥੇ ਕਿਵੇਂ ਰਹਿਣਾ ਇੱਥੇ ਕੀ ਜ਼ਰੂਰੀ ਹੈ ਸਾਡੇ ਲਈ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਅਪੀਲ ਆ ਬਈ ਆਪਦੇ ਆਪ ਨੂੰ ਜਰਨਲ ਸਮਝ ਕੇ ਕਰੋ ਤੁਰਿਓ ਜ਼ਿੰਮੇਵਾਰ ਸਮਝ ਕੇ ਕਰੋ ਤੁਰਿਓ ਇਹ ਅੰਦੋਲਨ ਤੁਹਾਡੇ ਸਾਰਿਆਂ ਦਾ ਹੈ ਇਹ ਅੰਦੋਲਨ ਹੁਣ ਸਾਰੀ ਦੁਨੀਆ ਦਾ ਹੈ ਇੱਕ ਬੰਦਾ ਗਲਤੀ ਕਰਕੇ ਜੇ ਦੁਨੀਆ ਦੇ ਲੋਕਾਂ ਦਾ ਦਿਲ ਤੋੜੇ ਮੈਂ ਇਹਨੂੰ ਚੰਗੀ ਗੱਲ ਨਹੀਂ ਮੰਨਦਾ ਤਾਂ ਕਿ ਵੀ ਜੇ ਕੋਈ ਗਲਤ ਕਾਰਵਾਈ ਹੁੰਦੀ ਆ ਤਾਂ ਉਹ ਮਨੁਲਾ ਦਾ ਸਰਕਾਰ ਕਰੂਗੀ ਹੁਣ ਕਿਸਾਨ ਨਹੀਂ ਕਰਨਗੇ ਕਿਸਾਨ ਬਹੁਤ ਜ਼ਿੰਮੇਵਾਰ ਨੇ ਸੋ ਲੱਗਦਾ ਹੈ ਕਿ ਇਸ ਤੋਂ ਬਾਅਦ ਜਦੋਂ 26 ਤਰੀਕ ਤੋਂ ਬਾਅਦ ਇਹ ਆ ਜਦੋਂ ਇਹ ਸਾਰਾ ਅੰਦੋਲਨ ਖਤਮ ਹੋ ਜਾਂਦਾ ਹੈ ਤਾਂ ਕਿਸਾਨ ਖੁਸ਼ਹਾਲ ਹੋਊਗਾ ਖੁਸ਼ਹਾਲ ਤਾਂ ਚਲੋ ਵਾਹਿਗੁਰੂ ਕਰੂਗਾ ਪੰਜਾਬ ਤੇ ਕਿਰਪਾ ਜਿਹੜਾ ਤਾਣਾ ਬਾਣਾ ਚੱਕਰ ਆ ਪ੍ਰਮਾਤਮਾ ਚਲਾ ਰਿਹਾ ਹੈ ਤਾਂ ਪਰ ਇਹ ਅੰਦੋਲਨ ਦੀ ਜਿੱਤ ਦੇ ਨਾਲ ਬਹੁਤ ਕੁਝ ਬਦਲੂਗਾ ਉਦੇ ਨਾਲ ਖਿਸ਼ਾਲੀ ਆਉਣ ਦੀ ਸੰਭਾਵਨਾ ਵੀ ਵਧੂਗੀ ਪਰ ਇਹਦੇ ਨਾਲ ਸਾਡੇ ਸਮਾਜਿਕ ਤੇ ਆਰਥਿਕ ਪੱਧਰ ਤੇ ਮਾਨਸਿਕ ਪੱਧਰ ਤੇ ਹਾਲਾਤ ਬਦਲਣਗੇ ਧੰਨਵਾਦ ਜੀ ਸੋ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਇਹ ਸੰਦੋਲਨ ਤੋਂ ਬਾਅਦ ਵੀ ਚਾਹੇ ਬਿੱਲ ਦੇ ਰੱਦ ਹੋਣ ਤੋਂ ਬਾਅਦ ਵੀ ਮੰਨ ਲਓ ਬਿੱਲ ਰੱਦ ਹੋ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਕਿਸਾਨ ਅਸੀਂ ਸਾਰੇ ਲੋਕ ਇਥੋਂ ਚੰਗੀਆਂ ਆਦਤਾਂ ਸਿੱਖ ਕੇ ਜਾਈਏ ਕਿ ਕਿਸ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ ਕਿਸ ਤਰ੍ਹਾਂ ਆਪਣੀਆਂ ਜ਼ਰੂਰਤਾਂ ਨੂੰ ਜਿਹੜਾ ਕੱਟ ਕਰਕੇ ਕਿਸ ਤਰ੍ਹਾਂ ਜ਼ੀਨਾ ਸਿੱਖਣਾ ਸੋ ਇਸੇ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਹੋਰ ਵੀ ਸਖਸ਼ੀਤਾ ਤੇ ਤੁਹਾਨੂੰ ਰੂਬਰੂ ਕਰਵਾਉਂਦੇ ਰਹਿਾਂਗੇ ਹੋਰ ਵੀ ਤਸਵੀਰਾਂ ਦੇ ਰੂਬਰੂ ਤੁਹਾਨੂੰ ਕਰਦੇ ਰਾਵਾਂਗੇ ਇਸੇ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਦੇਖਦੇ ਰਹੋ ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਦਲਬੀਰ ਸਿੰਘ ਨੇ ਮੈਸ਼ਾਸ਼ਵਨਾਗਰਾ ਸਿੰਘ ਬਾਰਡਰ